अस्सलाम वालेकुम जी, क्या हाल चाल है? तबीयत सर ठीक है? मैं उम्मीद करना था बिल्कुल ठीक ठाक खैरत नाल हो। सो आज दी वीडियो स्टार्ट करन तो जड़े भरा सारा चैनल सब्सक्राइब करनी कीता ता चैनल को कर गनो सब्सक्राइब ते तो आपको दिखवेना पे अपनी मुर्गियां सारीयां मुर्गियां जड़ियां ए खड़ी थियां मेजा ते यार ए जड़ा अच्छा मुर्गा खड़े ना ए सामने वाला ए नर लगदा पे मेको ते हिंदे वास्ते इकड़ी अच्छे रंग वाली मादी मैं रखनी है ते सारे इंशाल्लाह ना एक जेड़े ना जोड़े मैं रखने ते खूबसूरत जोड़े बनाने ते ए माशाल्लाह ए जड़ा मेरा मुर्गा वदे वे ए भी खूबसूरत ते वड्डा थी आम दे ते माशाल्लाह सारियां जड़ियां मुर्गियां ना सारियां एक नंबर ते खूबसूरत लग दिया पाए ते ए जड़ा मेरा अच्छा हीरा वदे वे हीरा भी ए सामने खड़े थिया ते तुसा देख सकदे वे वी आई पी थिया आम दे ते माशाल्लाह ए भी बहुत जल्दी वड्डा थी आम सी ते हिंदे वास्ते इकड़ी हीरी मुर्गी के साथ जड़े काले ਇਕੜਾ ਜੋੜਾ ਕਾਲੇ ਮੁਰਗੇ ਦਾ ਰਕਸਾਂ ਅਤੇ ਇਕੜਾ ਅੱਛੇ ਦਾ ਅਤੇ ਇਕੜਾ ਜਿਹੜੇ ਇਹ ਜਿਹੜੇ ਡੂ ਖੜੇ ਨਾ ਇਹ ਜਿਹੜੇ ਡੂ ਹਨ ਇਹ ਮੈਂ ਸੇਲ ਕਹਿਣਾ ਕਰੇ ਸਾਂ ਅਤੇ ਇਹ ਜਿਹੜੇ ਡੂ ਹਨ ਨਾ ਇਹ ਮੈਂ ਸ਼ੌਂਕ ਦੇ ਵਾਸਤੇ ਆਪ ਰੱਖਸਾਂ ਇਹਨੇ ਡੂ ਤਾਂ ਇਹ ਤੁਸੀਂ ਦੇਖ ਦਿੰਦੋ ਤਾਂ ਇਹ ਕਿਵੇਂ ਇੱਕ ਨੰਬਰ ਕੁਆਲਿਟੀ ਹੈ ਅਤੇ ਬਿਲਕੁਲ ਬਿਹਤਰੀਨ ਮੁਰਗੇ ਅਤੇ ਇੱਕ ਮੇਲ ਅਤੇ ਇੱਕ ਫੀਮੇਲ ਹੈ ਮਤਲਬ ਕਿ ਨਰ ਮਾਦਾ ਹਨ ਅਤੇ ਮਾਸ਼ਾਅੱਲਾ ਬਹੁਤ ਪਿਆਰੇ ਤੁਸੀਂ ਇਹ ਦੇਖੋ ਮਾਦੀ ਦੀ ਡਿਜ਼ਾਇਨ ਚੈੱਕ ਕਰੋ ਅਤੇ ਬਿਲਕੁਲ ਦੇਖੋ ਕਿਉਂ ਜਿਹਾ ਰੰਗ ਹੈ ਮਾਦੀ ਦਾ ਅਤੇ ਇੱਕ ਨੰਬਰ ਮੁਰਗੀ ਹੈ ਅਤੇ ਇਹ ਜਿਹੜਾ ਨਰ ਹੈ ਨਾ ਇਹ ਵੀ VIP ਹੈ ਅਤੇ ਥੋੜ੍ਹਾ ਇਹ ਜਿਹੜਾ ਤੇਜ਼ ਹੈ ਅਤੇ ਮਾਦੀ ਜਿਹੜੀ ਹੈ ਥੋੜ੍ਹੀ ਫਿੱਕੀ ਹੈ ਬਸ ਇਹ ਚੱਕਰ ਅਤੇ ਹਿੰਨ ਦੂਹੇ ਵੀ VIP ਤਾਂ ਇਹਨਾਂ ਦੀ ਡਿਜ਼ਾਇਨ ਚੈੱਕ ਕਰੋ ਤੁਸੀਂ ਇਹਨਾਂ ਦੇ ਅੱਖ ਚੈੱਕ ਕਰੋ ਅਤੇ ਇਹਨਾਂ ਦੇ ਪੇਅਰ ਚੈੱਕ ਕਰੋ ਚੌਰਸ ਜੰਗ ਇਹਨਾਂ ਦੇ VIP ਹੈ ਬਿਲਕੁਲ ਅਸੀਲ ਨਸਲ ਦੇ ਇੱਕ ਨੰਬਰ ਖੂਬਸੂਰਤ ਅਤੇ ਮੇਰੇ ਕਬੂਤਰ ਜਿਹੜੇ ਨੇ ਉਹ ਵੀ ਇੱਥਾਂ ਬੈਠੇ ਤਾਂ ਪਤਾ ਨਹੀਂ ਉਹ ਅੰਡੇ ਦਾ ਹਾਲ ਹੈ ਪਤਾ ਕਰਨ ਲੱਗਾ ਕੋਈ ਮੁਰਗੀ ਇੱਥੇ ਅੰਡਾ ਛੰਡਾ ਲਾਵਣ ਆਈ ਕਹਿੰਦੀ ਤਾਂ ਮੈਨੂੰ ਪਤਾ ਲੱਗੇ ਤਾਂ ਕਿਹੜੀ ਮੁਰਗੀ ਦਾ ਅੰਡਾ ਹੈ ਤਾਂ ਹੀ ਵਾਸਤੇ ਉਹ ਅੰਡਾ ਤਾਂ ਅੰਨਾ ਦੇ ਪਏ ਥਿਆ ਤਾਂ ਇਹ ਜਿਹੜੀਆਂ ਮੁਰਗੀਆਂ ਤੋਂ ਆਪਣੀ ਖਾਂਦਾ ਪਿਆ ਇਹਨੇ ਘੁਮਾ ਕਰਦਾ ਮੈਂ ਬਾਹਰ ਤਾਂ ਮਾਸ਼ਾਅੱਲਾ ਇਹ ਆ ਗਈ ਅਤੇ ਇਹ ਵੀ ਮੁਰਗੀ ਅਤੇ ਮੁਰਗਾ ਜਿਹੜਾ ਆਈਂਦਾ ਉਹ ਅੰਦਰ ਖੜ੍ਹੇ ਅਤੇ ਛੋਟੇ ਜਿਹੜੇ ਵੱਡੇ ਥੀਂਦੇ ਪਾਣ ਤਾਂ ਮਾਸ਼ਾਅੱਲਾ VIP ਬੱਚੇ ਕਰਵੇ ਸੂ ਇਹਨਾਂ ਦੇ ਅਤੇ ਮਾਸ਼ਾਅੱਲਾ ਅਤੇ ਉੱਤੇ ਚੜ ਗਏ ਵੇ ਤਾਂ ਦੇਖੋ ਦੋਸਤੋ ਕਿਵੇਂ ਫੁੱਲੇ ਰੰਗ ਦੀ ਕੁੱਕੜ ਹੈ ਤਾਂ ਕੁੱਕੜ ਬਿਲਕੁਲ ਬਿਹਤਰੀਨ ਹੈ ਮਾਸ਼ਾਅੱਲਾ ਤੂੰ ਇਹ ਜਿਹੜੇ ਨਾ ਦੇਖੋ ਇਹ ਦੇਖੋ ਮਸਤੀ ਕਰਨ ਦੀ ਪਈ ਵੇ ਸੰਗਾ ਤਾਂ ਦੇਖੋ ਇਹ ਅਸੀਲ ਨਸਲਾਂ ਇਹ ਹੋ ਜਾਂਦੇ ਅਤੇ ਇਹ ਵੀ ਆਵਾ ਦੇਵੇ ਮੇਰਾ ਪਿਛੋਰੀ ਕੋ ਤਾਂ ਹਰ ਵੇਲੇ ਮਸਤੀ ਹੁੰਦੀ ਹੈ ਇਹ ਜਿਹੜੇ ਵੇਲੇ ਮਾਂ ਜਿੱਥਾਂ ਖੜਦਾ ਤਾਂ ਮਾਂ ਕੁੰਮ ਮੇਰੇ ਕੋਲ ਆ ਜਾਂਦੀ ਹੈ ਅਤੇ ਗੱਲ ਇਹ ਇਵੇਂ ਵੇ ਵਿਰਾ ਜਿਹੜਾ ਨਾ ਹੁਣ ਜਿਹੜਾ ਨਾ ਹੇ ਤਾਂ ਮੌਸਮ ਤਾਂ ਠੱਡੀ ਹੈ ਜੋੜ ਛੋੜ ਥਿਆ ਖੜੇ ਅਤੇ ਯਾਰ ਪੱਘਰ ਕਹਿਣੀ ਪਿਆ ਸੁੱਕਦਾ ਬਹੁਤ ਜ਼ਿਆਦਾ ਜਿਹੜੀ ਨਾ ਗਰਮੀ ਹੈ ਅਤੇ ਪੱਘਰ ਨਹੀਂ ਸੁੱਕਦਾ ਪਿਆ ਅਤੇ ਮੁਰਗੀਆਂ ਜਿਹੜੀਆਂ ਹਨ ਸਾਰੀਆਂ ਟਾਟ ਵਜਨ ਥਿਆ ਅਤੇ ਬੀਆਂ ਜਿਹੜੀਆਂ ਹਨ ਮੇਰੀਆਂ ਮੁਰਗੀਆਂ ਉਹ ਵੀ ਤੁਹਾਨੂੰ ਦਿਖਣਾ ਅਤੇ ਇਹ ਹੀਰੇ ਦੀ ਫੈਮਿਲੀ ਅਤੇ ਹੀਰੇ ਦੇ ਉੱਤੋਂ ਚੜੇ ਖੜੇ ਹੀਰੇ ਦੇ ਬੱਚੇ ਇਹ ਦੇਖੋ ਚੈੱਕ ਕਰੋ ਇਹਨੇ ਕੋ ਇਹ ਸਾਡਾ ਹੀਰਾ ਅਤੇ ਹੀਰੇ ਦਾ ਸਾਰਾ ਖਾਨਦਾਨ ਅਤੇ ਬੀਆਂ ਮੇਰੀਆਂ ਜਿਹੜੀਆਂ ਮੁਰਗੀਆਂ ਉਹ ਵੀ ਇੱਥਾਂ ਕੁਝ ਖੜਨ ਥਾ ਬੱਚੇ ਅਤੇ ਇਹ ਇਹ ਹੀ ਹੀਰਾ ਯਾਰ ਹੀਰਾ ਨਾ ਮੁਰਗੀਆਂ ਕੋ ਜਿਹੜਾ ਨਾ ਉਹ ਕਹਿ ਨਹੀਂ ਪਿਆ ਸਕਦਾ ਜੋ ਇਹ ਨਾ ਲੈਂਦਾ ਕਹਿ ਨਹੀਂ ਪਿਆ ਮੁਰਗੀਆਂ ਉਹ ਤਾਂ ਹੁਣ ਨਾ ਮੁਰਗੀਆਂ ਦੇ ਵਾਸਤੇ ਕੋਈ ਮੁਰਗਾ ਚੰਗਾ ਜਿਹਾ ਆਣਨਾ ਪਊ ਸੀ ਜਿਹੜਾ ਨਾ ਮੁਰਗੀਆਂ ਕੋਲ ਲੈਂਦਾ ਰਹੇ ਭਾਜੀ ਇਹ ਜਿਹੜਾ ਨਾ ਕਮਜ਼ੋਰ ਸੀਗਾ ਅਤੇ ਪੋੜਾ ਸੀਗਾ ਜ਼ਿਆਦਾ ਇਹ ਮੁਰਗੀਆਂ ਕੋਲ ਲੈਂਦਾ ਕਹਿ ਨਹੀਂ ਪਿਆ ਅਤੇ ਮਾਸ਼ਾਅੱਲਾ ਇਹ ਮੁਰਗੀ ਦੇਖੋ ਇਹ ਵੀ ਇੱਕ ਨੰਬਰ ਬਿਹਤਰੀਨ ਮੁਰਗੀ ਵੇ ਅਤੇ ਸੰਗਤ ਦੇਖੋ ਹਿੰਦੀ 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 ਲੈਵਲ ਚੈੱਕ ਕਰੋ ਰੰਗ ਰੰਗ ਦੇ ਵਿੱਚ ਸਾਰੀਆਂ ਮੁਰਗੀਆਂ ਮੇਰੀਆਂ ਇੱਕ ਨੰਬਰ ਹੀ ਨੇ ਅਤੇ ਮਾਸ਼ਾਅੱਲਾ ਆਉਂ ਅਤੇ ਇਹ ਜਿਹੜਾ ਹੈ ਤਾਂ ਅੱਜ ਇਹ ਬੇਬੂ ਆਪਣਾ ਦਰਵਾਜ਼ਾ ਆਪ ਖੋਲ੍ਹ ਅਤੇ ਭੱਜ ਗਈ ਹੈ ਪਤਾ ਨਹੀਂ ਹੁਣ ਕਬੂਤਰੀ ਤਾਂ ਮੈਂ ਖੋਲ੍ਹ ਦੇਵਾਂ ਇਹ ਆਂਡੀਆਂ 'ਤੇ ਬੈਠੀ ਥਾਈ ਅਤੇ ਮਾਸ਼ਾਅੱਲਾ ਸਾਰੀਆਂ ਮੁਰਗੀਆਂ ਠੀਕ ਲੱਗੀਆਂ ਪਾਣ ਅਤੇ ਮੇਰੇ ਟਰਕੇ ਵੀ ਖੜਨ ਥਾਏ ਅਤੇ ਇਹ ਦੇਖੋ
ਇਹ ਵਾਲਾ ਪਿਛੋਰੀ ਤਾਂ ਇਹਦੀ ਸੀ ਕਿੱਡੇ ਦੇ ਨੇ ਵੇਚ ਅਤੇ ਮਾਸ਼ਾਅੱਲਾ ਮੇਰਾ ਅਸੀਲ ਮੁਰਗਾ ਹੀਰਾ, ਹੀਰੇ ਦਾ ਕੰਮ ਚੈੱਕ ਕਰੋ, ਹੀਰਾ ਵੀ ਏ ਪੀ ਇੱਕ ਨੰਬਰ ਦਾ ਮੁਰਗਾ ਹੈ ਅਤੇ ਮਾਸ਼ਾਅੱਲਾ ਹੀਰਾ ਜਿਹੜਾ ਨਾ ਹੀਰਾ ਹੀਰਾ ਹੈ ਅਤੇ ਹੀਰਾ ਪਤਾ ਨਹੀਂ ਕਿਆ ਖਾਂਦਾ ਖੜਾ, ਹੀਰਾ ਕਿਆ ਖਾਂਦੇ ਪਿਓ, ਇੱਥਾਂ ਕੋਈ ਪਾਏ ਨਾ ਕਿ ਦਾਣੇ ਛਾਣੇ ਕਿ ਬੋਹ ਦੇ ਵਿੱਚ ਕਿਹਨੂੰ ਆਏ ਹੋਣ ਦਾਣੇ, ਅਤੇ ਬੱਕਰੀ ਦਾ ਮੇਰਾ ਬੋਹ ਜ਼ਿਆਦਾ ਉਹ ਖਾਂਦੇ ਖੜਨ ਅਤੇ ਇਹ ਮੁਰਗੀ ਹਾਏ ਹਾਏ ਬਿਲਕੁਲ ਬਿਹਤਰੀਨ ਮੁਰਗੇ ਅਤੇ ਮੁਰਗੀਆਂ ਅਤੇ ਮਾਸ਼ਾਅੱਲਾ ਅਤੇ ਮੇਰਾ ਜਿਹੜਾ ਗੁੱਲ ਹੈ ਨਾ ਉਹ ਵੀ ਏ ਪੀ ਇੱਥੇ ਆ ਖੜੇ ਤਾਂ ਇਹ ਦੇਖੋ ਟਿਦੇ ਨੇ ਦੇ ਗੁੱਲ ਕੀਤੀ ਖੜੇ ਅਤੇ ਮਾਸ਼ਾਅੱਲਾ ਅਤੇ ਇਹ ਜਿਹੜੀ ਮੇਰੀ ਮੁਰਗੀ ਵਧੀ ਵੇ ਅਤੇ ਮੁਰਗਾ ਅਤੇ ਕਾਲੀ ਵਾਲੀ ਮੁਰਗੀ ਅਤੇ ਮਾਸ਼ਾਅੱਲਾ ਸਾਰੀਆਂ ਮੁਰਗੀਆਂ ਇਹੀ ਕੋਈ ਧਾਗਾ ਵਿਚੜਿਆ ਵਧੇ ਵਾ ਜੰਗਲ ਦੇ ਵਿੱਚ, ਇਹ ਦੇਖੋ ਇਹ ਕੋਈ ਧਾਗਾ ਜੰਗਲ ਦੇ ਵਿੱਚ ਵਿਚੜਿਆ ਪਾਏ ਵੇ ਬਈ ਤੂੰ ਖੜ ਵੇ ਤੇਰਾ ਖੁਲਵਾਵਾਂ ਮੈਂ ਧਾਗਾ, ਪਕੜਨ ਕੈਂਸੀ ਦਿੱਤਾ ਧਾਗਾ ਵਾਲਾ ਟੁੱਟ ਗਿਆ ਅਤੇ ਇਹ ਮੇਰੇ ਟਰਕੇ ਫੜਨ ਵਿੱਚ ਸਵੇਲੇ ਯਾਰ ਜਿਹੜੇ ਦੂ ਤਰਾਏ ਦੀਵਾਰਾਂ ਸਨ ਗਰਮੀਆਂ ਥੋੜ੍ਹੀਆਂ ਜਿਹਾ ਘੱਟ ਥਾਂ ਤਾਂ ਇਹ ਹੋਕਣੀ ਬੰਦ ਖਾਈ ਨੇ ਲੈਣਾ ਤਾਂ ਇਹ ਵਾਤ ਪੱਟੀ ਪੱਟੀ ਵਧੇ ਹੁੰਦੇ ਹਨ ਟਰਕੇ, ਕਿਉਂਕਿ ਇਹਨੇ ਵਿਚਾਰੀਆਂ ਕੋਲ ਨਾ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਇਹ ਵਾਤ ਪੱਟੀ ਵਧੇ ਹੁੰਦੇ ਹਨ ਅਤੇ ਦੂ ਤਰਾਏ ਦੀਵਾਰਾਂ ਥਾਂ ਦੇ ਹੁਣ ਜਿਹੜਾ ਨਾ ਮੌਸਮ ਠੀਕ ਥਈ ਅਤੇ ਹੁਣ ਇਹ ਹੋਕਦੇ ਕਹੀਂ ਪਏ ਅਤੇ ਹੁਣ ਇਹਨੇ ਕੋਲ ਨਾ ਇਹ ਤਬੀਅਤ ਸਬੀਅਤ ਇਹਨਾਂ ਦੀ ਠੀਕ ਖੜੀ ਹੈ ਥਈ ਅਤੇ ਇਹ ਮੁਰਗੀਆਂ ਛੁਰੀਆਂ ਸਾਰਿਆਂ ਠੀਕ ਹਨ, ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਤਾਂ ਤੁਹਾਡਾ ਸ਼ੌਂਕ ਕਿਵੇਂ ਚੱਲਦਾ ਪਏ ਅਤੇ ਮਾਸ਼ਾਅੱਲਾ ਜਿਹੜੇ ਜਿਹੜੇ ਵਿਰਾ ਨਾਲ ਸਾਡੇ ਨਾਲ ਯਾਰ ਵੀਡੀਓ ਨਹੀਂ ਠੀਕ ਕਰੋ ਅਤੇ ਸਾਡੇ ਵੀਡੀਓ 'ਤੇ ਲਾਈਕ ਸ਼ੇਅਰ ਕਾਰਡ ਤਾਂ ਕਰੋ ਕਿਉਂਕਿ ਗਰੀਬ ਬੰਦਿਆਂ ਗੁਜ਼ਾਰਾ ਠਾਈ ਵਧੋ ਯਾਰ, ਅਤੇ ਮਾਸ਼ਾਅੱਲਾ ਹੀ ਵੀਡੀਓ ਦਾ ਕਹਿੰਦੇ ਐਂਡ ਭਲਾ ਮਿਲ ਸੂਗਾ ਵੀ ਵੀਡੀਓ ਦੇ ਵਿੱਚ ਉਤਲੇ ਦਿੰਦੇ ਸੁਬਹਿਣ ਤੁਸੀਂ ਆਪਣੇ ਵਿਰਾ ਕੋਈ ਇਜਾਜ਼ਤ ਅੱਲਾ ਹਾਫਿਜ਼, ਅਤੇ ਅੱਜ ਇੱਕੜਾ ਦੋਸਤ ਨੇ ਮੁਰਗੇ ਦਾ ਵੀ ਆਖਿਆ ਅਤੇ ਮੁਰਗਾ ਉਹਦੇ ਕੋਲ ਵੇਸਾਂ ਅਤੇ ਮੁਰਗਾ ਵੀ ਇੱਕੜਾ ਗਿਣਨਾ ਯਾਰ, ਪਤਾ ਨਹੀਂ ਇਹ ਜਿਹੜਾ ਅੱਛਾ ਮੇਰਾ ਮੁਰਗਾ ਹੈ ਨਾ ਹੀਰਾ ਇਹ ਮੁਰਗੀ ਕੋਲ ਲੈਂਦਾ ਕਹੀਂ ਪਿਆ ਤਾਂ ਬੱਚੇ ਕਹਿਣਾ ਨਿਕਲ ਸਨ ਹੀ ਵਾਸਤੇ ਜਿਹੜਾ ਮੈਂ ਆਉਂਦਾ ਨਾ ਕੋਈ ਵੀ ਆ ਜਿਹੜਾ ਨਾ ਅੱਛਾ ਜਾਂ ਮੁਰਗਾ ਚੰਗਾ ਜਾਂ ਮੁਰਗਾ ਲਾ ਪੰਜ ਨਾ ਉਹ ਗਹਿਣ ਅਤੇ ਅਮਸਾਜ